ਕਦੇ ਆਮ ਆਦਮੀ ਪਾਰਟੀ ਵੱਲੋਂ ਰਵਾਇਤੀ ਧਿਰਾਂ ਖਿਲਾਫ ਲੋਕਾਂ ਨੂੰ ਲਾਮਬੰਦ ਕਰਨ ਨਿਕਲੇ ਆਮ ਆਦਮੀ ਪਾਰਟੀ ਦੇ ਮਾਨਸਾ ਤੋਂ ਵਿਧਾਇਕ ਤੇ ਬਾਗੀ ਲੀਡਰ ਨਾਜ਼ਰ ਸਿੰਘ ਮਾਨਸ਼ਾਇਆ ਨੂੰ ਹੁਣ ਰਵਾਇਤੀ ਧਿਰਾਂ ਦੀ ਸਿਆਸਤ ਪਸੰਦ ਆਈ ਹੈ ਤੇ ਚੋਣਾਂ ਦੇ ਇਸ ਮੌਸਮ ਵਿੱਚ ਆਇਆ ਰਾਮ ਤੇ ਗਿਆ ਰਾਮ ਦੇ ਦੌਰ ਵਿੱਚ ਉਹ ਆਮ ਆਦਮੀ ਪਾਰਟੀ ਨੂੰ ਸਦਾ ਲਈ ਰਾਮ ਰਾਮ ਕਰ ਗਏ ਨੇ। ਵਕਾਰ ਦਾ ਸਵਾਲ ਬਣੀ ਸੀਟ ਬਠਿੰਡਾ ਤੋਂ ਹੱਥ ਆਏ ਇਸ ਵੱਡੇ ਆਗੂ ਦਾ ਕਾਂਗਰਸ ਨੇ ਵੀ ਅੱਡੀਆਂ ਚੁੱਕ ਕੇ ਸਵਾਗਤ ਕੀਤਾ ਹੈ। ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਨਸ਼ਾਇਆ ਨੂੰ ਕਾਂਗਰਸ ਦੇ ਪੰਜੇ ਵਾਲੀ ਪੱਟੀ ਗਲ ਵਿੱਚ ਪਹਿਨਾ ਕੇ ਕਾਂਗਰਸ ਵਿੱਚ ਉਹਨਾਂ ਦਾ ਖੁੱਲੇ ਦਿਲ ਨਾਲ ਇਸਤਕਬਾਲ ਕੀਤਾ ਹੈ ਤੇ ਕੈਪਟਨ ਨੇ ਕਿਹਾ ਕਿ ਮਾਨਸ਼ਾਇਆ ਦੇ ਆਉਣ ਨਾਲ ਕਾਂਗਰਸ ਮਜ਼ਬੂਤ ਹੋਵੇਗੀ। ਇੱਕ ਪਾਸੇ ਜਿੱਥੇ ਦਿੱਲੀ 'ਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪ ਦਾ ਲੋਕ ਸਭਾ ਚੋਣਾਂ ਲਈ ਮਨੋਰਥ ਪੱਤਰ ਜਾਰੀ ਕਰ ਰਹੇ ਸਨ ਤਾਂ ਉੱਥੇ ਹੀ ਕੁਝ ਹੀ ਸਮੇਂ ਬਾਅਦ ਉਹਨਾਂ ਦਾ ਆਪਣਾ ਇੱਕ ਹੋਰ ਵਿਧਾਇਕ ਕਾਂਗਰਸ ਵਿੱਚ ਸ਼ਮੂਲੀਅਤ ਦਾ ਜਸ਼ਨ ਮਨਾ ਰਿਹਾ ਸੀ। ਮਾਨਸ਼ਾਇਆ ਖਹਿਰਾ ਧੜੇ ਦੇ ਹਮਾਇਤੀ ਸਨ ਪਰ ਖਹਿਰਾ ਵੱਲੋਂ ਪੰਜਾਬੀ ਏਕਤਾ ਪਾਰਟੀ ਦੇ ਗਠਨ ਤੋਂ ਬਾਅਦ ਖਹਿਰਾ ਪੱਖੀ ਹੋਰ ਵਿਧਾਇਕਾਂ ਵਾਂਗ ਉਹ ਚੁੱਪ ਤੇ ਸ਼ਾਂਤ ਸਨ। ਹੁਣ ਚੁੱਪ ਤੋੜੀ ਹੈ ਤਾਂ ਆਮ ਆਦਮੀ ਪਾਰਟੀ ਨਾਲੋਂ ਵੱਧ ਸੁਖਪਾਲ ਖਹਿਰਾ ਲਈ ਝਟਕਾ ਹੈ ਤੇ ਸੁਖਪਾਲ ਖਹਿਰਾ ਉਹਨਾਂ ਨੂੰ ਲਾਹਨਤਾ ਪਾ ਰਹੇ ਨੇ। ਮੈਨੂੰ ਤਾਂ ਘੰਟਾ ਦੋ ਘੰਟੇ ਤਾਂ ਮੈਨੂੰ ਭਰੋਸਾ ਹੀ ਨਹੀਂ ਹੋਇਆ ਅਨਲੈਸ ਅੰਟਿਲ ਪ੍ਰੋਪਰਲੀ ਤਸਦੀਕ ਹੋਇਆ ਫੇਸਬੁੱਕ ਦੇ ਉੱਤੇ ਫੋਟੋਆਂ ਆ ਗਈਆਂ ਉਹਨਾਂ ਦੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਖੜਿਆਂ ਦੀਆਂ ਦੈਨ ਆਈ ਗੋਟ ਐਕਚੁਅਲੀ ਇਟ ਵਾਜ਼ ਵੈਰੀ ਸ਼ੋਕਿੰਗ ਵੈਰੀ ਸੈਡਨਿੰਗ ਫੋਰ ਮੀ ਕਿਉਂਕਿ ਮੈਨੂੰ ਇਹਨਾਂ ਤੋਂ ਉਮੀਦ ਨਹੀਂ ਸੀ। ਪੋਲੀਟਿਕਸ ਵਿੱਚ ਲੋਕ ਗਦਾਰੀ ਤਾਂ ਬਹੁਤ ਕਰਦੇ ਨੇ ਧੋਖਾ ਵੀ ਬੜਾ ਦਿੰਦੇ ਨੇ ਛੋਟੀਆਂ ਮੋਟੀਆਂ ਗੱਲਾਂ 'ਤੇ ਵਿਕ ਵੀ ਜਾਂਦੇ ਨੇ ਪਰ ਨਾਜ਼ਰ ਸਿੰਘ ਮਾਨਸਾਇਆ ਇੱਕ ਇਸ ਤਰ੍ਹਾਂ ਦਾ ਵਿਅਕਤੀ ਮੇਰੀ ਨਜ਼ਰ ਵਿੱਚ ਸੀ ਜਿਹਦੇ 'ਤੇ ਮੈਂ ਸਮਝਦਾ ਸੀਗਾ ਕਿ ਇਹ ਸੱਚੀ ਪੱਕੀ ਗੱਲ ਕਰਨਗੇ ਅਤੇ ਐਵੇਂ ਕਿਸੇ ਔਰ ਉਹਨਾਂ ਨੂੰ ਕੋਈ ਮੇਰੇ ਖਿਆਲ ਜ਼ਿੰਦਗੀ 'ਚ ਲੋੜ ਵੀ ਨਹੀਂ ਸੀਗੀ ਕੋਈ ਗਿਰਾਵਟ ਲਿਆਉਣ ਦੀ ਜਾਂ ਇੱਕਦਮ ਕੰਪਰੋਮਾਈਜ਼ ਕਰਨ ਦੀ। ਵਾਹਿਗੁਰੂ ਨੇ ਸਾਰਾ ਕੁਛ ਉਹਨਾਂ ਦੇ ਪਰਿਵਾਰ 'ਚ ਜਿੰਨਾ ਕੁ ਮੈਂ ਜਾਣਦਾ ਚੰਦ ਦਿਨ ਪਹਿਲਾਂ ਮੈਂ ਇਹਨਾਂ ਦੇ ਘਰ ਗਿਆ ਮਾਨਸਾ ਇਹਨਾਂ ਦੇ ਛੋਟੇ ਬ੍ਰਦਰ ਵੀ ਉੱਥੇ ਬੈਠੇ ਸੀਗੇ ਅਤੇ ਕਾਫੀ ਖੁੱਲ੍ਹ ਕੇ ਗੱਲਾਂ ਹੋਈਆਂ ਔਰ ਉਹ ਤੋਂ ਬਾਅਦ ਥੋੜ੍ਹੇ ਦਿਨ ਬਾਅਦ ਮੌੜ ਵਿੱਚ ਆਣ ਕੇ ਇਹਨਾਂ ਨੇ ਸਾਡੇ ਨਾਲ ਸਾਡੀ ਮੀਟਿੰਗ 'ਚ ਵੀ ਹਿੱਸਾ ਲਿਆ ਔਰ ਉਸ ਤੋਂ ਪਹਿਲਾਂ ਮੈਨੂੰ ਬਠਿੰਡਾ ਵਿੱਚ ਆਉਣ ਲਈ ਪ੍ਰੇਰਿਆ ਵੀ ਕਿ ਬਠਿੰਡੇ ਤੋਂ ਇਲੈਕਸ਼ਨ ਲੜਨੀ ਆ। ਮੇਰੇ ਰੋਡ ਸ਼ੋਅ ਦੇ ਵਿੱਚ ਵੀ ਉਹਨਾਂ ਨੇ ਆਣ ਕੇ 100-125 ਕਿਲੋਮੀਟਰ ਗੱਡੀ ਦੇ ਉੱਤੇ ਖੜ੍ਹ ਕੇ ਰੋਡ ਸ਼ੋਅ 'ਚ ਵੀ ਕੰਮ ਕੀਤਾ। ਫਿਰ ਮਾਨਸਾ ਸ਼ਾਇਦ ਬੁਢਲਾਡਾ ਇੱਕ ਪੂਰਾ ਦਿਨ ਜਾਂ ਇੱਕ ਡੇਢ ਦਿਨ ਮੇਰੇ ਨਾਲ ਪਿੰਡਾਂ ਜਾ ਕੇ ਕੈਂਪੇਨ ਵੀ ਕਰਾਇਆ। ਸੋ ਮੇਰੇ ਲਈ ਤਾਂ ਹੈਗਾ ਜੀ ਫਰੈਂਕਲੀ ਸਪੀਕਿੰਗ ਸ਼ੌਕਿੰਗ। ਔਰ ਉਧਰ ਸੁਖਪਾਲ ਖਹਿਰਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਨਵਾਂ ਭਜਨ ਲਾਲ ਕਿਹਾ ਹੈ ਆਦਿ ਕਰ ਸਕਦਾ। ਬਾਕੀ ਚਲੋ ਉਹਨਾਂ ਨੂੰ ਗੁੱਡ ਲੱਕ ਆ ਉਹ ਕਾਂਗਰਸ ਵਿੱਚ ਕੀ ਕਰ ਲੈਣਗੇ ਕਿੰਨੀ ਕੁ ਤਬਦੀਲੀ ਲੈ ਆਉਣਗੇ ਸਮਾਜ ਵਿੱਚ ਜਿਹੜਾ ਕੇਜਰੀਵਾਲ ਨਹੀਂ ਲਿਆ ਸਕਿਆ ਉੱਥੇ ਜਾ ਕੇ ਕੀ ਕਰ ਲੈਣਗੇ ਇਹ ਰੱਬ ਹੀ ਜਾਣਦਾ। ਮੈਂ ਉਹਨਾਂ ਨੂੰ ਕਹਿ ਸਕਦਾ ਅਸਲ ਦੁੱਖ ਜਿਹੜਾ ਮੈਨੂੰ ਨਾ ਅਫਸੋਸ ਉਹ ਕੈਪਟਨ ਅਮਰਿੰਦਰ ਸਿੰਘ ਜੀ ਦੀ ਇਹ ਆਇਆ ਰਾਮ ਗਿਆ ਰਾਮ ਭਜਨ ਲਾਲ ਕਲਚਰ। ਕੈਪਟਨ ਅਮਰਿੰਦਰ ਸਿੰਘ ਹੁਣ ਨਵਾਂ ਭਜਨ ਲਾਲ ਹੈ ਪੰਜਾਬ ਦਾ ਜਿਹਨੂੰ ਮਰਜ਼ੀ ਤੋੜ ਦਿਆ ਕਰੂਗਾ ਜਿਹੜੀ ਮਰਜ਼ੀ ਪਾਰਟੀ ਵੱਢ ਦਿਆ ਕਰੂਗਾ ਕਿਉਂਕਿ ਆਪਾਂ ਉਹਨੂੰ ਚੀਫ ਮਿਨਿਸਟਰ ਬਣਾ ਕੇ ਸੱਤਾ ਤਾਂ ਇਸ ਕੰਮ ਲਈ ਦਿੱਤੀ ਹੈ ਨਾ। ਆਪਾਂ ਐਜੂਕੇਸ਼ਨ ਹੈਲਥ ਕੇਅਰ ਨੂੰ ਇੰਪਰੂਵ ਕਰਨ ਨੂੰ ਤਾਂ ਦਿੱਤੀ ਨਹੀਂ ਆਪਾਂ ਉਹਨਾਂ ਨੂੰ। ਆਪਾਂ ਨਾ ਉਹਨੂੰ ਨਸ਼ੇ ਖਤਮ ਲਈ ਕਰਨ ਲਈ ਕਿਹਾ ਵਾ ਨਾ ਆਪਾਂ ਉਹਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਕਿਸਾਨਾਂ ਦਾ ਕਰਜ਼ਾ ਖਤਮ ਕਰੋ ਆਤਮ ਹੱਤਿਆ ਖਤਮ ਕਰੋ ਕਰਪਸ਼ਨ ਖਤਮ ਕਰੋ ਚਿੱਟਾ ਖਤਮ ਕਰੋ। ਇਹ ਤਾਂ ਉਹਦਾ ਕੰਮ ਹੀ ਨਹੀਂ ਗਾ। ਉਹਦਾ ਕੰਮ ਤਾਂ ਹੈਗਾ ਮੌਜਾਂ ਕਰਨੀਆਂ ਪਹਾੜਾਂ 'ਚ ਘੁੰਮਣਾ ਜਾਂ ਪਾਰਟੀਆਂ ਨੂੰ ਤੋੜਨਾ ਡਿਫੈਕਸ਼ਨ ਚਾਲੂ ਕਰਾਉਣੀਆਂ ਪੰਜਾਬ 'ਚ ਜਿਹੜੇ ਕਿਸੇ ਵੇਲੇ ਭਜਨ ਲਾਲ ਨੇ ਹਰਿਆਣੇ ਦੇ ਵਿੱਚ ਇੱਕ ਗੰਧ ਪਾਇਆ ਸੀਗਾ ਕਿ ਉਹਦਾ ਨਾਮ ਫਿਰ ਰੱਖਤਾ ਆਇਆ ਰਾਮ ਗਿਆ ਰਾਮ। ਅੱਜ ਪੰਜਾਬ ਦੇ ਵਿੱਚ ਵੀ ਆਇਆ ਰਾਮ ਗਿਆ ਰਾਮ ਨੂੰ ਤਰਜੀਹ ਕੈਪਟਨ ਅਮਰਿੰਦਰ ਸਿੰਘ ਨੇ ਦਿੱਤੀ ਔਰ ਅਮਰਿੰਦਰ ਸਿੰਘ ਦੀ ਮੇਰੇ ਹਿਸਾਬ ਨਾਲ ਉਹਦੀ ਕਮਜ਼ੋਰ ਮਾਨਸਿਕਤਾ ਦਾ ਸਬੂਤ ਦਿੱਤਾ ਉਹਨੇ। ਕੈਪਟਨ ਅਮਰਿੰਦਰ ਸਿੰਘ ਕੋਲ ਤਾਂ 78 ਕਾਂਗਰਸ ਦੇ MLA ਆਲਰੇਡੀ ਹੈਗੇ ਆ, ਉਹਨੂੰ ਕਿਹੜੀ ਗੱਲ ਦਾ ਡਰ ਸੀਗਾ ਉਹਨੂੰ ਹੋਰ MLA ਡਿਫੈਕਟ ਕਰਾ ਕੇ? ਇਹਦਾ ਮਤਲਬ ਉਹਨੂੰ 78 ਦੇ ਵੀ ਵਿਸ਼ਵਾਸ ਨਹੀਂ ਹੈ। ਹੀ ਇਜ਼ ਨੋਟ ਡਜ਼ਨਟ ਫੀਲ ਸੇਫ ਕਿ ਮੇਰੇ ਨਾਲ 78 MLAs ਨੇ, ਜਾਂ ਉਹਨੂੰ ਲੱਗਿਆ ਕਿ ਬਠਿੰਡੇ ਦੀ ਪਾਰਲੀਮੈਂਟ ਮੈਂ ਨਹੀਂ ਜਿੱਤ ਸਕਦਾ ਤਾਂ ਮੈਨੂੰ ਬੰਦੇ ਤੋੜਨੇ ਚਾਹੀਦੇ ਨਾਜ਼ਰ ਸਿੰਘ ਵਰਗੇ, ਤਾਂ ਹੀ ਉਹ ਕੀਤਾ ਹੋਊਗਾ ਨਾ। ਅਦਰਵਾਈਜ਼ ਉਹਨਾਂ ਕੋਲ ਬੰਦਿਆਂ ਦੀ MLA ਦੀ ਘਾਟ ਹੀ ਕੋਈ ਨਹੀਂ ਗੀ। ਪੰਜਾਬ ਵਿੱਚ ਹੁਣ ਆਮ ਆਦਮੀ ਪਾਰਟੀ ਦੇ 20 ਵਿੱਚੋਂ 4 ਵਿਧਾਇਕ ਪਾਰਟੀ ਬਦਲ ਚੁੱਕੇ ਹਨ ਜਾਂ ਛੱਡ ਚੁੱਕੇ ਹਨ। ਹਰਵਿੰਦਰ ਸਿੰਘ ਫੂਲਕਾ, ਸੁਖਪਾਲ ਸਿੰਘ ਖਹਿਰਾ, ਮਾਸਟਰ ਬਲਦੇਵ ਸਿੰਘ ਤੇ ਹੁਣ ਨਾਜ਼ਰ ਸਿੰਘ ਮਾਨਸ਼ਾਇਆ ਆਪ ਨੂੰ ਅਲਵਿਦਾ ਕਹਿ ਗਏ ਨੇ।